ਨਮਸਕਾਰ ਦੋਸਤੋ ਮੈਂ ਤੁਹਾਡਾ ਦੋਸਤ ਮਨੂ ਮੋੜ ਤੇ ਇਸ ਵੀਡੀਓ ਵਿੱਚ ਤੁਹਾਨੂੰ ਕਨਸਟੀਟਿਊਸ਼ਨ ਰਿਲੇਟਡ ਸਟਾਰਟਿੰਗ ਤੋਂ ਸਾਰੀ ਗੱਲ ਸਮਝਾਵਾਂਗਾ ਕਿ ਇਹ ਕਿਵੇਂ ਬਣਿਆ ਤੇ ਇਸ ਦੀ ਅਸੈਂਬਲੀ ਕਿਵੇਂ ਬਣੀ ਮਤਲਬ ਇਹ ਨੋਟ ਆ ਜਿਹੜੇ ਇਹ ਨੋਟਸ ਬਣਾਏ ਹੋਏ ਨੇ ਮੈਂ ਇਸ ਤਰੀਕੇ ਨਾਲ ਬਣਾਏ ਹੋਏ ਕਿ ਜਿਵੇਂ ਜਿਹੀ ਫਿਲਮ ਦੀ ਸਟੋਰੀ ਹੁੰਦੀ ਹੈ ਜਿਵੇਂ ਕੋਈ ਵੀ ਮੂਵੀ ਦੇਖਦੇ ਹੋ ਤੁਸੀਂ ਹੈਨਾ ਉਸ ਦੀ ਸਟੋਰੀ ਨੂੰ ਇੱਕ ਵਾਰੀ ਜੀ ਦੇਖ ਲੈਣ ਨੂੰ ਆਪਾਂ ਨੂੰ इजीली ਯਾਦ ਹੋ ਜਾਂਦੀ ਹੈ ਕਿ ਇਸ ਮੂਵੀ ਵਿੱਚ ਕੀ ਹੋਇਆ ਸੀ ਤੇ ਉਹ ਸਟੋਰੀ ਆਪਾਂ ਨੂੰ ਕਾਫੀ ਟਾਈਮ ਤੱਕ ਯਾਦ ਰਹਿੰਦੀ ਹੈ ਇਹ ਨੋਟਸ ਬਿਲਕੁਲ ਉਸ ਤਰੀਕੇ ਨਾਲ ਫਿਲਮੀ ਸਟੋਰੀ ਤਰੀਕੇ ਨਾਲ ਮੈਂ ਬਣਾਏ ਹੋਏ ਨੇ ਜੇ ਇੱਕ ਵਾਰੀ ਇਸ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਤੁਸੀਂ ਪੂਰੀ ਦੇਖ ਲਓਗੇ ਤਾਂ ਕਨਸਟੀਟਿਊਸ਼ਨ ਨੂੰ ਪੂਰੀ ਲਾਈਫ ਵਿੱਚ ਨਹੀਂ ਭੁੱਲ ਸਕਦੇ ਤੁਸੀਂ ਬਾਕੀ ਉਮੀਦ ਹੈ ਦੋਸਤੋ ਤੁਹਾਨੂੰ ਮੇਰੀ ਰਾਈਟਿੰਗ ਹੈ ਜਿਹੜੀ ਮੇਰੀ ਲਿਖਾਈ ਹੈ ਇਹ ਸਮਝ ਆ ਰਹੀ ਹੋਵੇ ਜੇ ਆ ਰਹੀ ਹੈ ਸਮਝ ਤਾਂ ਵੀਡੀਓ ਵਿੱਚ yes ਲਿਕੇ ਕਮੈਂਟ ਜਰੂਰ ਕਰ ਦਿਓ ਤੇ ਜਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਆਪਾਂ ਕਨਸਟੀਟਿਊਸ਼ਨ ਯਾਨੀ ਭਾਰਤੀ ਸੰਵਿਧਾਨ ਦੇ ਚੈਪਟਰ ਨੂੰ ਸਟਾਰਟਿੰਗ ਤੋਂ ਹੀ ਸਟਾਰਟ ਕਰ ਲਈਏ ਸਭ ਤੋਂ ਪਹਿਲਾਂ ਦੇਖੋ ਕਨਸਟੀਟਿਊਸ਼ਨ ਹੈ ਹੁਣ ਕਨਸਟੀਟਿਊਸ਼ਨ ਇੱਕ ਕਿਤਾਬ ਹੈ ਹਨ ਆਪਣੀ ਜਿਸ ਵਿੱਚ ਆਪਣੇ ਸਾਰੇ ਰੂਲਸ ਲਿਖੇ ਹੋਏ ਨੇ ਲਾਅ ਲਿਖੇ ਹੋਏ ਨੇ ਇਹ ਇੱਕ ਕਿਤਾਬ ਹੈ ਇਸ ਨੂੰ ਬਣਾਉਣ ਤੋਂ ਪਹਿਲਾਂ ਕੀ ਕੁਝ ਪ੍ਰੋਸੈਸ ਹੋਇਆ ਸੀ ਕਿਸ ਤਰ੍ਹਾਂ ਦੀ ਜਿਹੜੀ ਸਵਾਵਾਂ ਬਣੀ ਸੀ ਇਹਨਾਂ ਬਾਰੇ ਆਪਾਂ ਡਿਟੇਲ ਵਿੱਚ ਰੀਡ ਕਰ ਲੈਨੇ ਆ ਸਭ ਤੋਂ ਪਹਿਲਾਂ ਕਨਸਟੀਟਿਊਸ਼ਨ ਅਸੈਂਬਲੀ ਦੀ ਗੱਲ ਕਰੀਏ ਤਾਂ ਜਿਹੜੀ ਇਹ ਸੰਵਿਧਾਨ ਦੀ ਮੰਗ ਉੱਠੀ ਸੀ ਸਭ ਤੋਂ ਪਹਿਲਾਂ ਸੰਵਿਧਾਨ ਸਭਾ ਦੀ ਮੰਗ ਉੱਠੀ ਸੀ ਤਾਂ 1895 ਈਸਵੀ ਵਿੱਚ ਬਾਲ ਗੰਗਾਧਰ ਤਿਲਕ ਨੇ ਕੀਤੀ ਸੀ ਕਿ ਹਾਂ ਵਿਪਾਰਤ ਦਾ ਅਲੱਗ ਸੰਵਿਧਾਨ ਹੋਣਾ ਚਾਹੀਦਾ ਹੈ ਅਸੀਂ ਅੰਗਰੇਜ਼ਾਂ ਦੁਆਰਾ ਬਣਾਏ ਹੋਏ ਸੰਵਿਧਾਨ ਦੇ ਅਕੋਰਡਿੰਗ ਨਹੀਂ ਚੱਲ ਸਕਦੇ ਬਾਲ ਗੰਗਾਧਰ tilak ji ਨੇ ਸਵਰਾਜ ਬਿੱਲ ਦੁਆਰਾ ਇਹ ਸਭ ਤੋਂ ਪਹਿਲਾਂ ਇਹ ਸੰਵਿਧਾਨ ਸਭਾ ਦੀ ਮੰਗ ਕੀਤੀ ਸੀ ਮਤਲਬ 1895 ਇਸ ਵਿੱਚ ਬਾਲ ਗੰਗਾਧਰ tilak ji ਨੇ ਇੱਕ ਸਵਰਾਜ ਬਿੱਲ ਪੇਸ਼ ਕੀਤਾ ਸੀ ਅੰਗਰੇਜ਼ਾਂ ਦੀ ਜਿਹੜੀ ਅਸੈਂਬਲੀ ਵਿੱਚ ਤਾਂ ਉਸ ਵਿੱਚ ਉਹਨਾਂ ਨੇ ਡਿਮਾਂਡ ਕੀਤੀ ਸੀ ਕਿ ਸੰਵਿਧਾਨ ਸਭਾ ਦੀ ਮੰਗ ਹੋਣੀ ਚਾਹੀਦੀ ਹੈ ਤੇ ਸਾਡਾ ਅਲੱਗ ਸੰਵਿਧਾਨ ਸਾਡੇ ਹੀ ਲੋਕਾਂ ਦੁਆਰਾ ਬਣਾਇਆ ਜਾਵੇ ਤੇ ਇਸ ਤੋਂ ਬਾਅਦ ਗੱਲ ਕਰੀਏ ਇਸ ਤੋਂ ਬਾਅਦ 1922 ਈਸਵੀ ਵਿੱਚ ਮਹਾਤਮਾ ਗਾਂਧੀ ਜੀ ਨੇ ਵੀ ਮੰਗ ਕੀਤੀ ਸੀ ਅਤੇ ਬਾਲ ਗੰਗਾਧਰ ਤਿਲਕ ਦੀ ਆਵਾਜ਼ ਨੂੰ ਅੱਗੇ ਵਧਾਇਆ ਸੀ ਤੇ ਇਸ ਤੋਂ ਬਾਅਦ ਕਦੋਂ ਹੋਈ ਸੀ 1934 ਈਸਵੀ ਵਿੱਚ ਐਮ ਐਨ ਰਾਏ ਜੋ ਕਿ ਉਸ ਟਾਈਮ ਪਾਰਟੀ ਸੀ ਕਮਿਊਨਿਸਟ ਪਾਰਟੀ ਦੇ ਲੀਡਰ ਸਨ ਉਹਨਾਂ ਨੇ ਇਸ ਦੇ ਲਈ ਆਵਾਜ਼ ਉਠਾਈ ਅਤੇ ਸੰਵਿਧਾਨ ਸਭਾ ਦੀ ਪ੍ਰੋਪਰ ਮੰਗ ਕੀਤੀ ਤੇ 1934 ਤੋਂ ਬਾਅਦ 1935 ਆਈ ਅਤੇ ਉਸ ਵਿੱਚ ਕਾਂਗਰਸ ਨੇ ਵੀ ਅੰਗਰੇਜ਼ਾਂ ਨੂੰ ਕਿਹਾ ਕਿ ਸਾਨੂੰ ਕਨਸਟੀਟਿਊਸ਼ਨ ਅਸੈਂਬਲੀ ਯਾਨੀ ਸੰਵਿਧਾਨ ਸਭਾ ਦਾ ਬਿੱਲ ਸਾਡਾ ਪਾਸ ਕੀਤਾ ਜਾਵੇ ਅਸੀਂ ਆਪ ਦਾ ਸੰਵਿਧਾਨ ਆਪ ਬਣਾਵਾਂਗੇ ਤੇ 1938 ਵਿੱਚ ਜਵਾਰਾਲਲ ਨਹਿਰੂ ਜੋ ਕਿ ਕਾਂਗਰਸ ਦਾ ਮੇਨ ਪ੍ਰਧਾਨ ਸੀ ਉਹਨੇ ਜਲਦ ਸੰਵਿਧਾਨ ਦਾ ਗਠਨ ਕਰ ਦਿੱਤਾ ਅਤੇ ਨਹਿਰੂ ਜੀ ਨੇ ਸੰਵਿਧਾਨ ਸਭਾ ਲਈ ਅਡਲਟ ਸਫਰੇਜ ਇਲੈਕਸ਼ਨ ਕਰਵਾਏ ਜਿਸ ਦੁਆਰਾ ਘੋਸ਼ਣਾ ਕੀਤੀ ਗਈ ਕਿ ਸੰਵਿਧਾਨ ਦੀ ਰਚਨਾ ਵਿੱਚ VOTING ਹੋਵੇਗੀ ਕਿਹੜੀ ਮਤਲਬ ਕਿ ਅਡਲਟ ਮਤਲਬ ਕਿ ਕਿਹੜੀ ਉਮਰ ਦੇ ਲੋਕ ਇਸ ਨੂੰ VOTING ਕਰ ਸਕਦੇ ਆ ਇਸ ਅਡਲਟ ਸਫਰੇਜ ਇਲੈਕਸ਼ਨ ਵਿੱਚ ਇਸ ਬਾਰੇ ਡਿਟੇਲਿੰਗ ਦਿੱਤੀ ਗਈ ਇਸ ਤੋਂ ਬਾਅਦ ਕੀ ਹੋਇਆ 1942 ਇਸ ਵਿੱਚ 1900 ਬਾਅਦ ਜਿਵੇਂ ਜਿਵੇਂ ਆਪਾਂ 1922 ਤੋਂ ਲੈ ਕੇ 2000 ਵੱਲ ਭੱਜਦੇ ਆ ਰਹੇ ਆ ਤਾਂ ਪੂਰੇ ਜਿਹੜੇ ਵੀ ਇੰਪੋਰਟੈਂਟ ਡੇਟ ਆ ਤੁਹਾਨੂੰ ਐਗਜ਼ਾਮ ਦੇ ਪੁਆਇੰਟ ਆਫ 뷰 ਨਾ ਉਹ ਸਾਰੀ ਮੈਂ ਕਵਰ ਕਰੀ ਜਾਂਦਾ ਤਾਂ ਐਗਜ਼ਾਮ ਦੇ ਵਿੱਚ ਇਹਨਾਂ ਤੋਂ ਬਾਅਦ ਤੁਹਾਨੂੰ ਕੁਝ ਵੀ ਪੁੱਛਣ ਨੂੰ ਨਹੀਂ ਮਿਲਦਾ ਤੇ ਇਸ ਤੋਂ ਬਾਅਦ ਕੀ ਹੋਇਆ 1942 ਉਸ ਵਿੱਚ ਇਸ ਮੰਗ ਨੂੰ ਅੰਗਰੇਜ਼ਾਂ ਦੁਆਰਾ ਸਵੀਕਾਰ ਕਰ ਲਿਆ ਅਤੇ 1942 ਵਿੱਚ ਕ੍ਰਿਪਸ ਪ੍ਰਸਤਾਵ ਭਾਰਤ ਵਿੱਚ ਭੇਜਿਆ ਗਿਆ ਕ੍ਰਿਪਸ ਪ੍ਰਸਤਾਵ ਬਾਰੇ ਕਾਫੀ ਵਾਰ ਐਗਜ਼ਾਮ ਵਿੱਚ ਕੁਐਸਚਨ ਬਣਦੇ ਨੇ ਤਾਂ ਯਾਦ ਰੱਖਿਓ ਭਾਰਤ ਵਿੱਚ ਇਹ ਕਦੋਂ ਆਇਆ ਸੀ 1942 ਇਸ ਵੀ ਵਿੱਚ ਆਇਆ ਸੀ ਅਤੇ ਸਿਰਫ 1942 ਵਿੱਚ ਹੀ ਭਾਰਤ ਛੱਡੋ ਅੰਦੋਲਨ ਸ਼ੁਰੂ ਹੋ ਚੁੱਕਿਆ ਸੀ ਇਹ ਵੀ ਐਗਜ਼ਾਮ ਵਿੱਚ ਪੁੱਛ ਲਿਆ ਜਾਂਦਾ ਕਿ ਭਾਰਤ ਛੱਡੋ ਅੰਦੋਲਨ ਕਦੋਂ ਸ਼ੁਰੂ ਹੋਇਆ ਸੀ ਤਾਂ 1942 ਤੁਸੀਂ ਯਾਦ ਰੱਖਿਓ ਕ੍ਰਿਪਸ ਦਾ ਪ੍ਰਸਤਾਵ ਆਇਆ ਜਿਸ ਦਾ ਅਧਿਐਕਸ਼ ਕੌਣ ਸੀ ਸਟੇਫੋਰਡ ਕ੍ਰਿਪਸ ਸੀ ਇਸ ਦੇ ਨਾਮ ਨਾਲ ਹੀ ਇਸ ਪ੍ਰਸਤਾਵ ਦਾ ਨਾਮ ਨੂੰ ਜਾਣਿਆ ਜਾਂਦਾ ਹੈ ਅਤੇ ਇਸ ਦੇ ਲੋਪ 22 ਮਾਰਚ 1942 ਦੇ ਵਿੱਚ ਕ੍ਰਿਪਸ ਪ੍ਰਸਤਾਵ ਦੀ ਜਾਣਕਾਰੀ ਦਿੱਤੀ ਗਈ ਕਿ ਭਾਰਤ ਦੇ ਵਿੱਚ ਸੰਵਿਧਾਨ ਤੁਸੀਂ ਇੰਨਾਂ ਸ਼ਰਤਾਂ ਤੇ ਬਣਾ ਸਕਦੇ ਹੋ ਮਤਲਬ 11 ਮਾਰਚ 1942 ਵਿੱਚ ਆਇਆ ਸੀ ਅਤੇ 22 ਮਾਰਚ 1942 ਤੱਕ ਇਹ ਭਾਰਤ ਵਿੱਚ ਰਿਹਾ ਤੇ ਸਟੇਫੋਰਡ ਕ੍ਰਿਪਸ ਨੇ ਪੂਰੀ ਜਿਹੜੀ ਵੀ ਬ੍ਰਿਟੇਨ ਵੱਲੋਂ ਜਿਹੜੀ ਵੀ ਅੱਗੇ ਦੀ ਸੂਚੀ ਬਣ ਕੇ ਆਈ ਸੀ ਉਹਨਾਂ ਦੀ ਜਿਹੜੀ ਵੀ ਸ਼ਰਤਾਂ ਸੀ ਉਹ ਭਾਰਤ ਨੂੰ ਦੱਸੀਆਂ ਤੇ ਕਿ ਤੁਸੀਂ ਇਸ ਦੇ ਅਕੋਰਡਿੰਗ ਆਪਣਾ ਭਾਰਤੀ ਸੰਵਿਧਾਨ ਦਾ ਨਿਰਮਾਣ ਕਰ ਸਕਦੇ ਹੋ ਅਰ ਮੁਸਲਿਮ ਲੀਗ ਅਤੇ ਕਾਂਗਰਸ ਨੇ ਕ੍ਰਿਪਸ ਪ੍ਰਸਤਾਵ ਨੂੰ ਅਸਵੀਕਾਰ ਕਰ ਦਿੱਤਾ ਗਿਆ ਕਿ ਸਾਨੂੰ ਤੁਹਾਡੀ ਸੜਤਾ ਇਹ ਮਨਜ਼ੂਰ ਨਹੀਂ ਨੇ ਇਸ ਤੋਂ ਬਾਅਦ 1945 ਆ ਗਿਆ 1945 ਵਿੱਚ ਬ੍ਰਿਟੇਨ ਵਿੱਚ ਚੋਣਾਂ ਹੁੰਦੀਆਂ ਨੇ ਤੇ ਬ੍ਰਿਟੇਨ ਦਾ ਪ੍ਰਧਾਨ ਮੰਤਰੀ ਕੌਣ ਬਣ ਜਾਂਦਾ ਸਰ ਕਲਾਈਮੈਂਟ ਬੈਂਟਲੀ ਸਰ ਕਲਾਈਮੈਂਟ ਬੈਂਟਲੀ 1945 ਈਸਵੀ ਵਿੱਚ ਬ੍ਰਿਟੇਨ ਦਾ ਪ੍ਰਧਾਨ ਮੰਤਰੀ ਬਣ ਜਾਂਦਾ ਐਗਜ਼ਾਮ ਵਿੱਚ ਇਹ ਕੁਐਸਚਨ ਕਾਫੀ ਬਾਾਰ ਪੁੱਛਿਆ ਗਿਆ ਹੈ ਕਿ ਭਾਰਤ ਦੀ ਆਜ਼ਾਦੀ ਦੇ ਦੌਰਾਨ ਬ੍ਰਿਟੇਨ ਦਾ ਪ੍ਰਧਾਨ ਮੰਤਰੀ ਕੌਣ ਸੀ ਤਾਂ ਸਰ ਕਲਾਈਮੈਂਟ ਬੈਂਟਲੀ ਸੀ ਤਾਂ ਮੈਂ ਜਿੱਥੇ ਤੱਕ ਮੈਂ ਇਸ ਦੀ ਇਹ ਪੂਰੀ ਆਪਣੀ ਕਨਸਟੀਟਿਊਸ਼ਨ ਦੀ ਹੈ ਮੇਕਿੰਗ ਪੜ੍ਹੀ ਆ ਜਿਸ ਵਿੱਚ ਮੈਨੂੰ ਲੱਗਦਾ ਜੇ ਸਰ ਕਲਾਈਮੈਂਟ ਬੈਂਟਲੀ ਨਹੀਂ ਹੁੰਦੇ ਤਾਂ ਆਪਣਾ ਭਾਰਤ ਅੱਜ ਤੱਕ ਆਜ਼ਾਦ ਹੀ ਨਹੀਂ ਹੋਣਾ ਸੀ ਕਿਉਂਕਿ ਇਹ ਕਾਫੀ ਉਦਾਰਵਾਦੀ ਨੇਤਾ ਸੀ ਮਤਲਬ ਸਰ ਕਲਾਈਮੈਂਟ ਵੈਬ ਬੈਂਟਰੀ ਸੀ ਜੋ ਇਹ ਕਿਸੇ ਦੇ ਹੱਕ ਨਹੀਂ ਰੱਖਦਾ ਸੀ ਤੇ ਇਸ ਨੂੰ ਲੱਗਦਾ ਸੀ ਕਿ ਭਾਰਤ ਨੂੰ ਵੀ ਆਜ਼ਾਦ ਹੋਣ ਦਾ ਪੂਰਾ ਹੱਕ ਹੈ ਸਰ ਕਲਾਈਮੈਂਟ ਮੈਂਟਲੀ ਦੇ ਆਰਡਰ ਨਾਲ ਹੀ ਕੈਬਨਿਟ ਮਿਸ਼ਨ ਭਾਰਤ ਆਇਆ ਸੀ ਤੇ ਜੇ ਜਿਹੜੀ ਕੈਬਨਿਟ ਮਿਸ਼ਨ ਭਾਰਤ ਨੂੰ ਆਜ਼ਾਦ ਹੋਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ ਇਸ ਤੋਂ ਇਲਾਵਾ ਮਾਉਂਟ ਵੇਟਨ ਯੋਜਨਾ ਭਾਰਤ ਵਿੱਚ ਆਉਣ ਲਈ ਕਲਾਈਮੈਂਟ ਮੈਂਟਲੀ ਨੇ ਹੀ ਭਾਰਤ ਵਿੱਚ ਭੇਜੀ ਸੀ ਤੇ ਇਸ ਤੋਂ ਬਾਅਦ ਗੱਲ ਕਰੀਏ ਮਾਰਚ 1946 ਵਿੱਚ ਸਰ ਕਲਾਈਮੈਂਟ ਮੈਂਟਲੀ ਨੇ ਇੱਕ ਕਮੇਟੀ ਦਾ ਗਠਨ ਕੀਤਾ ਓਕੇ ਜਿਸ ਨੂੰ ਕੈਬਨਿਟ ਮਿਸ਼ਨ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਕੈਬਨਿਨਟ ਮਿਸ਼ਨ ਵਿੱਚ ਤਿੰਨ ਮੈਂਬਰ ਸੀ ਇੱਕ ਦਾ ਨਾਮ ਤਾਂ ਸੀ ਸਟੇ ਫੋਰਡ ਕ੍ਰਿਪਸ ਸੈਂਕੜ ਦਾ ਨਾਮ ਸੀ ਪੈਂਥੀ ਲੌਰੈਂਸ ਜਿਹੜਾ ਕਿ ਇਸ ਦਾ ਚੇਅਰਮੈਨ ਸੀ ਕੈਬਨਟ ਮਿਸ਼ਨ ਦਾ ਹੀ ਚੇਅਰਮੈਨ ਸੀ ਤੇ ਇਸ ਤੋਂ ਇਲਾਵਾ ਥਰਡ ਪਰਸਨ ਸੀ ਜਿਹੜਾ ਉਹ ਇਹ ਵੀ ਅਲੈਗਜ਼ੈਂਡਰਾ ਸੀ ਹੁਣ ਜੇ ਤੁਸੀਂ ਕੋਈ ਵੀ ਪੰਜਾਬ ਦਾ ਆ ਅਦਰ ਕੋਈ ਗਵਰਨਮੈਂਟ ਇਗਜ਼ਾਮ ਦਿੱਤਾ ਹੈ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਜਿਹੜਾ ਕਿ ਕੈਬਨਟ ਮਿਸ਼ਨ ਹੈ ਇਸ ਰਿਲੇਟਡ ਇਗਜ਼ਾਮ ਵਿੱਚ ਕੁਐਸਚਨ ਜ਼ਰੂਰ ਪੁੱਛੇ ਜਾਂਦੇ ਨੇ ਤਾਂ ਹੁਣ ਇਸ ਪੁਆਇੰਟ ਵਿੱਚ ਕਿਹੜੇ-ਕਿਹੜੇ ਕੁਐਸਚਨ ਨਿਕਲ ਕੇ ਬਣਦੇ ਨੇ ਕਿ ਕੈਬਨਟ ਮਿਸ਼ਨ ਭਾਰਤ ਵਿੱਚ ਕਦੋਂ ਆਇਆ ਸੀ ਤਾਂ 16 ਮਾਰਚ 1942 ਇਸਪੀ ਵਿੱਚ ਆਇਆ ਸੀ ਕੈਬਨਟ ਮਿਸ਼ਨ ਭਾਰਤ ਵਿੱਚ ਕਿਸ ਦੁਆਰਾ ਭੇਜਿਆ ਗਿਆ ਸੀ ਤਾਂ ਸਰ ਕਲਾਈਮੈਂਟ ਬੈਂਟਲੀ ਦੁਆਰਾ ਇਹ ਭੇਜਿਆ ਗਿਆ ਸੀ ਇਸ ਤੋਂ ਇਲਾਵਾ 3rd ਕੁਐਸਚਨ ਇਹ ਬਣਦਾ ਹੈ ਕਿ ਕੈਬਨਟ ਮਿਸ਼ਨ ਵਿੱਚ ਕਿੰਨੇ ਮੈਂਬਰ ਸ਼ਾਮਿਲ ਸੀ ਤਾਂ 3 ਮੈਂਬਰ ਸਨ ਤੇ ਇਸ ਤੋਂ ਇਲਾਵਾ ਇੱਕ 4th ਕੁਐਸਚਨ ਵੀ ਬਣਦਾ ਹੈ ਕਿ ਕੈਬਨਟ ਮਿਸ਼ਨ ਦਾ ਜਿਹੜਾ ਚੇਅਰਮੈਨ ਕੋਣ ਸੀ ਤਾਂ ਪੈਂਥੀ ਲੋਰੈਂਸ ਜਿਹੜੇ ਇਸ ਦੇ ਚੇਅਰਮੈਨ ਸਨ ਤੇ ਇਸ ਤੋਂ ਇਲਾਵਾ ਇਹ ਤਿੰਨ ਮੈਂਬਰੀ ਬ੍ਰਿਟਨ ਕੈਬਨਟ ਦੇ ਮਨਿਸਟਰ ਸਨ ਤੇ ਤਾਂ ਅਗਰ ਕੇ ਇਸ ਦਾ ਨਾਮ ਜਿਹੜਾ ਕਿ ਕੈਬਨਟ ਮਿਸ਼ਨ ਪੈ ਗਿਆ ਸੀ ਹੁਣ ਜਦੋਂ ਬ੍ਰਿਟੇਨ ਤੋਂ ਭਾਰਤ ਵਿੱਚ ਕੈਬਨਿਟ ਮਿਸ਼ਨ ਆ ਗਿਆ ਇੰਟਰ ਕਰ ਗਿਆ ਤਾਂ ਹੁਣ ਕੈਬਨਿਟ ਮਿਸ਼ਨ ਨੇ ਭਾਰਤ ਦੇ ਸਾਹਮਣੇ ਦੋ ਗੱਲਾਂ ਰੱਖੀਆਂ ਜਿਹੜੇ ਕਿ ਭਾਰਤ ਦੀ ਆਜ਼ਾਦੀ ਵਿੱਚ ਅਹਿਮ ਭੂਮਿਕਾ ਨ ਇਸ ਤੋਂ ਬਾਅਦ ਕੈਬਨਿਟ ਮਿਸ਼ਨ ਨੇ ਦੋ ਗੱਲਾਂ ਸਾਹਮਣੇ ਰੱਖੀਆਂ ਅਤੇ ਕਿਹਾ ਇਹ ਭਾਰਤ ਵਿੱਚ ਸੰਵਿਧਾਨ ਸਭਾ ਦਾ ਗਠਨ ਹੋਵੇਗਾ ਸੈਕਿੰਡ ਗੱਲ ਇਹ ਹੋਏ ਕਿ ਜਦੋਂ ਤੱਕ ਸੰਵਿਧਾਨ ਨਹੀਂ ਬਣਦਾ ਉਦੋਂ ਤੱਕ ਇੰਟਰੀਮ ਗਵਰਨਮੈਂਟ ਯਾਨੀ ਅੰਤਰੀਮ ਸਰਕਾਰ ਦਾ ਗਠਨ ਕਰਕੇ ਭਾਰਤ ਵਿੱਚ ਹੋਣ ਵਾਲੇ ਸਾਰੇ ਰਾਜਨੀਤਿਕ ਸ਼ਾਸਨ ਨੂੰ ਚਲਾਇਆ ਜਾਵੇਗਾ ਦੋਸਤੋ ਇੱਥੇ ਕੈਬਨਟ ਮਿਸ਼ਨ ਨੇ ਦੋਵੇਂ ਹੀ ਗੱਲਾਂ ਭਾਰਤ ਦੇ ਦਿਲ ਨੂੰ ਚੰਗੀ ਲੱਗਣ ਵਾਲੀਆਂ ਇਹ ਗੱਲਾਂ ਕਰ ਦਿੱਤੀ ਸੀ ਤੇ ਭਾਰਤ ਦੇ ਜਿਹੜੇ ਵੀ ਪਾਰਟੀਆਂ ਸੀ ਉਹ ਰਾਜੀ ਵੀ ਹੋ ਗਏ ਸੀ ਕਿ ਹਾਂਜੀ ਚਲੋ ਤੋਡੇ ਇਸ ਫੈਸਲੇ ਨਾਲ ਅਸੀਂ ਸਹਿਮਤ ਆ। ਹੁਣ ਮੈਨੂੰ ਦੱਸੋ ਤੁਸੀਂ ਇੱਥੇ ਤੱਕ ਇਹ ਵੀਡੀਓ ਦੇਖ ਲਈ ਹੈ? ਪੂਰੀ ਸਟੋਰੀ ਸਮਝ ਚ ਆ ਗਈ ਕੀ ਨਹੀਂ? ਵੀਡੀਓ ਵਿੱਚ ਕਮੈਂਟ ਲਿਖ ਕੇ ਜਰੂਰ yes ਔਰ no ਲਿਖ ਕੇ ਜਰੂਰ ਕਮੈਂਟ ਕਰ ਦਿਓ। ਭਾਰਤ ਵਿੱਚ ਕੀ ਚੱਲ ਰਿਹਾ ਹੁੰਦਾ ਹੈ? ਇੱਕ ਪਾਸੇ ਤਾਂ ਜਿਹੜੀ ਸੰਵਿਧਾਨ ਦੀ ਸਵਾਲ ਲਈ ਮਤਲਬ ਕਿ ਪੂਰੇ ਮੀਟਿੰਗ ਬਿਠਾਈ ਜਾ ਰਹੀ ਸੀ ਤੇ ਪੂਰੇ ਗਠਨ ਕੀਤੇ ਜਾ ਰਹੇ ਸੀ ਸੰਵਿਧਾਨ ਨੂੰ ਵਧਾਉਣ ਵਾਸਤੇ ਤੇ ਇਸ ਤੋਂ ਇਲਾਵਾ ਦੂਜੀ ਸਾਈਡ ਇੰਟਰਿਮ ਗਵਰਨਮੈਂਟ ਦੇ ਚੋਣ ਮਤਲਬ ਕਿ ਕਿਹੜੇ-ਕਿਹੜੇ ਬੰਦੇ ਉਸ ਵਿੱਚ ਸ਼ਾਮਿਲ ਹੋਣਗੇ? ਅੰਤਰੀਮ ਸਰਕਾਰ ਬਣਾਉਣ ਦੇ ਫੈਸਲੇ ਲਏ ਜਾ ਰਹੇ ਸੀ ਹੁਣ ਭਾਰਤ ਵਿੱਚ ਟਾਈਮ ਕਿ ਸੀ 1946 ਸੀ 1946 ਵਿੱਚ ਇੱਕ ਸਾਈਡ ਤੋਂ ਆਪਣੇ ਸੰਵਿਧਾਨ ਸਭਾ ਦਾ ਗਠਨ ਹੋ ਰਿਹਾ ਸੀ ਵੀ ਕਿਹੜੇ ਕਿਹੜੇ ਕੈਂਡੀਡੇਟ ਇਸ ਵਿੱਚ ਇਨਕਲੂਡ ਹੋਣਗੇ ਤੇ ਦੂਜੀ ਸਾਈਡ 'ਤੇ ਅੰਤਰੀਮ ਸਰਕਾਰਾਂ ਨੇ ਇੰਟਰੀਮ ਗਵਰਨਮੈਂਟ ਦਾ ਨਿਰਮਾਣ ਦੀਆਂ ਗੱਲਾਂ ਵੀ ਚੱਲ ਰਹੀਆਂ ਸਨ ਹੁਣ ਸਭ ਤੋਂ ਪਹਿਲਾਂ ਆਪਾਂ ਸੰਵਿਧਾਨ ਸਭਾ ਦੇ ਗਠਨ ਵਿੱਚ ਕੀ ਕੁਝ ਹੋਇਆ ਸੀ ਮਤਲਬ ਕੀ ਕੁਝ ਵਾਪਰਿਆ ਸੀ ਸੰਵਿਧਾਨ ਸਭਾ ਦੇ ਗਠਨ ਦੇ ਦੌਰਾਨ ਉਸ ਬਾਰੇ ਪਹਿਲਾਂ ਕਰ ਲੈਣੇ ਆ ਤੇ ਇਸ ਸਮੇਂ ਭਾਰਤ ਵਿੱਚ ਇੱਕ ਤਾਂ ਬ੍ਰਿਟਿਸ਼ ਇੰਡੀਆ ਏਰੀਆ ਸੀ ਮਤਲਬ ਕਿ ਬ੍ਰਿਟਿਸ਼ ਦਾ ਖੇਤਰ ਸੀ ਜਿਨ੍ਹਾਂ ਨੇ ਵੀ ਅੰਗਰੇਜ਼ਾਂ ਦਾ ਜਿਨ੍ਹਾਂ ਦਾ ਜਿਨ੍ਹਾਂ ਤੇ ਅਧਿਕਾਰ ਸੀ ਇਸ ਤੋਂ ਇਲਾਵਾ ਕਮਿਸ਼ਨਰੀ ਏਰੀਆ ਸੀ ਜਿਨ੍ਹਾਂ ਉੱਤੇ ਅੰਗਰੇਜ਼ਾਂ ਦੁਆਰਾ ਬਣਾਏ ਹੋਏ ਕਮਿਸ਼ਨਰਾਂ ਦਾ ਅਧਿਕਾਰ ਸੀ ਇਸ ਤੋਂ ਇਲਾਵਾ ਕੁਝ ਰਾਜਤੀ ਮਤਲਬ ਕਿ ਜਿਨ੍ਹਾਂ ਦਾ ਰਾਜੇ ਮਹਾਰਾਜੇ ਤੇ ਅਧਿਕਾਰ ਸੀ ਉਹ ਖੇਤਰ ਸੀ ਨਾ ਤਰ੍ਹਾਂ ਦੇ ਖੇਤਰਾਂ ਵਿੱਚੋਂ ਹੀ ਸੰਵਿਧਾਨ ਸਭਾ ਦੇ ਗਠਨ ਲਈ ਲੋਕਾਂ ਨੂੰ ਚੁਣਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਇਨਫੋਰਮੇਸ਼ਨ ਹੋਰ ਜੇ ਤੁਸੀਂ ਕਨਸਟੀਟਿਊਸ਼ਨ ਰਿਲੇਟਡ ਇੰਪੋਰਟੈਂਟ ਕੁਐਸਚਨਾਂ ਦੀ ਪੀਡੀਐਫ ਫਾਈਲ ਨੂੰ ਬਾਇ ਕਰਨਾ ਚਾਹੁੰਦੇ ਹੋ ਜਿਸ ਦਾ ਪ੍ਰਾਈਸ ਸਿਰਫ 44 ਰੁਪਏ ਹੈ ਤਾਂ ਇਹ ਮੇਰਾ ਇੰਸਟਾਗ੍ਰam ਆਈਡੀ ਨੰਬਰ ਹੈ ਇਸ ਤੇ ਮੈਨੂੰ ਫੋਲੋ ਕਰਕੇ ਮਿਲਣ ਗੱਲ ਕਰਕੇ ਪੂਰੀ ਜਾਣਕਾਰੀ ਲੈ ਕੇ ਫਿਰ ਤੁਸੀਂ ਉਹਨਾਂ ਇੰਪੋਰਟੈਂਟ ਪੀਡੀਐਫ ਫਾਈਲ ਨੂੰ ਬਾਇ ਕਰ ਸਕਦੇ ਹੋ ਐਂਡ ਜੇ ਜਿਹੜੀ ਇਹ ਪੀਡੀਐਫ ਫਾਈਲ ਤੁਸੀਂ ਜਿਸ ਵਿੱਚ ਇਸ ਟਾਈਮ ਮੈਂ ਇਸ ਦਾ ਪ੍ਰਾਈਸ ਰੂਪਏ ਦਾ ਤਾਂ ਇਸ ਦਾ ਲਿੰਕ ਮੈਂ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਉੱਥੇ ਜਾ ਕੇ ਤੁਸੀਂ ਬਾਈ ਕਰ ਸਕਦੇ ਹੋ ਤਾਂ ਹੁਣ ਪੂਰੀ ਗੱਲ ਸਮਝੋ ਇੱਕ ਵਾਰੀ ਭਾਰਤ ਦਾ ਖੇਤਰ ਸੀ ਭਾਰਤ ਦੇ ਜਿੰਨੇ ਵੀ ਏਰੀਆ ਸੀ ਉਹ ਡਿਵਾਈਡ ਸੀ ਕਿਵੇਂ ਸੀ ਅੱਧਾ ਬ੍ਰਿਟਿਸ਼ ਸਰਕਾਰ ਕੋਲੇ ਸੀ ਅੱਧਾ ਕਮਿਸ਼ਨਰੀ ਜਿਹੜੇ ਕਿ ਬ੍ਰਿਟਿਸ਼ ਸਰਕਾਰ ਦੁਆਰਾ ਹੀ ਕਮਿਸ਼ਨਰਾਂ ਨੂੰ ਸੌਂਪ ਦਿੱਤੇ ਸੀ ਏਰੀਏ ਅਤੇ ਅੱਧਾ ਦੇਸੀ ਰਾਜ ਦਾ ਮਤਲਬ ਕਿ ਆਪਣੇ ਕਿੰਗ ਸੀ ਜਿਹੜੇ ਰਾਜ ਰਾਜਾ ਮਹਾਰਾਜਾ ਦਾ ਏਰੀਆ ਸੀ ਤੇ ਇਹਨਾਂ ਵਿੱਚੋਂ ਹੀ ਸੰਵਿਧਾਨ ਸਭਾ ਦੇ ਗਠਨ ਕਰਨ ਲਈ ਲੋਕਾਂ ਦੇ ਚੋਣਾਂ ਦੀ ਪ੍ਰਕਿਰਿਆ ਸਟਾਰਟ ਹੋ ਗਈ ਤੇ ਸੰਵਿਧਾਨ ਸਭਾ ਦੇ ਮੈਂਬਰਾਂ ਦੀ ਗਿਣਤੀ ਦੀ ਗੱਲ ਕਰੀਏ ਮਤਲਬ ਇਹਨਾਂ ਤਿੰਨਾਂ ਖੇਤਰਾਂ ਵਿੱਚੋਂ ਹੀ ਜਿਹੜੇ ਮੈਂਬਰ ਚੱਕੇ ਸੀ ਉਹਨਾਂ ਦੀ ਗਿਣਤੀ 389 ਸਦਸੇ ਸੀ ਉਹ ਤੇ ਜਿਸ ਵਿੱਚੋਂ ਬ੍ਰਿਟਿਸ਼ ਇੰਡੀਆ ਦੇ ਖੇਤਰ ਨਾਲ ਰਿਲੇਟਡ ਸੀ ਉਹ 292 ਮੈਂਬਰ ਸੀ ਕਿ ਮਿਸ਼ਨਰੀ ਖੇਤਰ ਨਾਲ ਗੱਲ ਕਰੀਏ ਚਾਰ ਮੈਂਬਰ ਸੀ ਅਤੇ ਦੇਸੀ ریاستਾਂ ਦੇ ਮੈਂਬਰਾਂ ਦੀ ਗੱਲ ਕਰੀ ਤਾਂ ਟੋਟਲ ਨੰਬਰ ਉਹ 93 ਮੈਂਬਰ ਵਿਧਾਨ ਸਭਾ ਦੀ VOTING ਵਿੱਚ ਮਤਲਬ ਇਲੈਕਸ਼ਨ ਵਿੱਚ ਇਨਕਲੂਡ ਕੀਤੇ ਗਏ ਸੀ